ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਤੁਸੀ ਦੇਖ ਰਹੇ ਹੋ ਪ੍ਰਾਈਮ ਅਨਸ਼ਾ ਟੀਵੀ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫੇਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਤੇ ਵੱਲ ਜਾਣ ਤੋਂ ਪਹਿਲਾਂ ਸੀਤ ਲਹਿਰ ਦੀ ਗੱਲ ਕਰਨੀ ਬਣਦੀ ਹੈ ਪੰਜਾਬ ਦੇ ਵਿੱਚ ਤੁੰਦ ਬਹੁਤ ਹੈ ਸੀਤ ਲਹਿਰ ਕੱਲ ਬਹੁਤ ਜ਼ਬਰਦਸਤ ਸੀ ਭਾਵੇਂ ਕਿ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਦੁਪਹਿਰ ਦੇ ਵੇਲੇ 2 ਘੰਟੇ ਵਾਸਤੇ ਧੁੱਪ ਵੀ ਨਿਕਲੀ ਹੈ ਪਰ ਉਹ ਵੀ ਨਾ ਹੋਇਆ ਵਰਗੀ ਲੱਗਦੀ ਸੀ ਕਿਉਂਕਿ ਧੁੱਪ ਦੇ ਵਿੱਚ ਹਵਾ ਵੀ ਚੱਲਦੀ ਰਹੀ ਹੈ 4 ਦਿਨ ਹਾਲੇ ਪੰਜਾਬ ਦੇ ਵਿੱਚ ਮੌਸਮ ਇੰਨੀ ਹੀ ਠੰਡਾ ਰਹਿਣਾ ਪੰਜਾਬ ਦੇ ਵਿੱਚ ਇਸ ਵੇਲੇ ਠਾਰੀ ਇੰਨੀ ਵਧ ਗਈ ਹੈ ਵੀ ਮੌਸਮ ਵਿਭਾਗ ਕਹਿੰਦਾ ਜੀ ਕਿ ਪਿਛਲੇ 10 ਬਰਾਂ ਦਾ ਰਿਕਾਰਡ ਇਤਕੀ ਠੰਡ ਦਾ ਟੁੱਟ ਗਿਆ ਯਾਨੀ ਕਿ ਜਨਵਰੀ ਦੇ ਪਹਿਲੇ 4 ਦਿਨਾਂ ਦੇ ਵਿੱਚ ਪਿਛਲੇ 10 ਬਰਾਂ ਦਾ ਰਿਕਾਰਡ ਟੁੱਟ ਗਿਆ ਤੇ ਬਾਕੀ ਕਹਿੰਦੇ ਆ ਵੀ ਭਾਈ 5-7 ਦਿਨਾਂ ਤੱਕ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਕਣੀਆਂ ਪੈ ਜਾਣੀਆਂ ਕਣੀਆਂ ਪੈਣ ਤੋਂ ਬਾਅਦ ਕੋਰਾ ਵੱਧਦਾ ਘਟਦਾ ਠੰਡ ਵੱਧਦੀ ਆ ਘਟਦੀ ਆ ਧੁੰਦ ਵੱਧਦੀ ਆ ਘਟਦੀ ਆ ਇਹ ਸਮਾਂ ਰਸੂਗਾ ਪਰ ਅੱਜ ਵੀ ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਵੱਟ ਕਦੇ ਪਏ ਠੰਡ ਨੇ ਭਾਵੇਂ ਰਾਤ ਦੀ ਗੱਲ ਹੋਵੇ ਤੇ ਭਾਵੇਂ ਦੁਪਹਿਰ ਦੀ ਗੱਲ ਹੋਵੇ ਮੌਸਮ ਇੱਕੋ ਜਿਹਾ ਹੈ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਸੁਖਪਾਲ ਸਿੰਘ ਖੈਰਾ ਨਾਲ ਸੰਬੰਧਤ ਸੁਖਪਾਲ ਸਿੰਘ ਖੈਰਾ ਦਾ ਚਿਹਰਾ ਮੂਰਾ ਦੇਖ ਕੇ ਤੇ ਵਿਰੋਧਗਰ ਨੇ ਇਹ ਗੱਲ ਕਹੀ ਹੈ ਵੀ ਇਹ ਉਹ ਖੈਰਾ ਨਹੀਂ ਲੱਗਦੇ ਇਸ ਖੈਰੇ ਨਾਲ ਕੀ ਕੁਝ ਹੋ ਗਿਆ ਕਿਉਂਕਿ ਇਸ ਖੈਰੇ ਦੇ ਚਿਹਰੇ ਉੱਤੇ ਰੰਗਤ ਨਹੀਂ ਇਸ ਖੈਰੇ ਦੇ ਚਿਹਰੇ ਦੇ ਉੱਤੇ ਇੱਕ ਵੀ ਵਾਲ ਕਾਲਾ ਨਹੀਂ ਹੁਣ ਦਾੜੀ ਬਿਲਕੁਲ ਚੁੱਟੀ ਹੋਈ ਪਈ ਹੈ ਮਤਲਬ ਇਹ ਹੈ ਵੀ ਖੈਰੇ ਨੂੰ ਸੂਈ ਦੇ ਨੱਕੇ ਦੇ ਵਿੱਚੋਂ ਲੰਘਾਇਆ ਜਾ ਰਿਹਾ ਤੇ ਖੈਰੇ ਨੂੰ ਜਦੋਂ ਲੰਘੇ ਕੱਲ ਕਪੂਰਥਲੇ ਦੇ ਵਿੱਚ ਮਨਜਿਸਟ੍ਰੇਟ ਦੇ ਕੋਲ ਪੇਸ਼ ਕੀਤਾ ਗਿਆ ਤੇ ਬਾਹਰ ਆਉਂਦੇ ਹੋਏ ਉਹਨਾਂ ਨੇ ਪੱਤਰਕਾਰਾਂ ਨੂੰ ਇਹ ਗੱਲ ਕਹੀ ਹੈ ਵੀ ਹਾਲੇ ਮੈਂ ਰੋਕ ਕੇ ਕਈ ਕੁਝ ਬਿਆਨ ਕਰੂੰਗਾ ਹਾਲੇ ਮੈਂ ਕੁਝ ਨਹੀਂ ਕਹਿਣਾਗਾ ਨਹੀਂ ਤਾਂ ਫਿਰ ਇੰਨਾ ਪੁਲਿਸ ਅਧਿਕਾਰੀਆਂ ਕਰਮਚਾਰੀਆਂ ਦੇ ਉੱਤੇ ਗਾਜ਼ ਡਿੱਗ ਪੈਣੀ ਹੈ ਇਹਨਾਂ ਨੂੰ ਕਈਆਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈਣਾ ਪਰ ਇੱਕ ਗੱਲੇ ਦੇ ਵਿੱਚ ਹੋਰ ਬੜੀ ਮਹੱਤਵਪੂਰਨ ਸੁਖਪਾਲ ਸਿੰਘ ਖੈਰੇ ਦੇ ਨਾਲ ੱਟਾ ਹੋਇਆ ਜਾ ਕਾਨੂੰਨ ਦੀ ਜੋ ਵੀ ਪ੍ਰਕਿਰਿਆ ਉਹਦੀ ਗੱਲ ਕਰ ਲਈਏ ਪਰ ਜਦੋਂ ਜ਼ਮਾਨਤ ਦਾ ਹੁਕਮ ਹੋ ਗਿਆ ਜਦੋਂ ਜ਼ਮਾਨਤ ਜਾਰੀ ਕਰ ਦਿੱਤੀ ਆ ਉਸ ਤੋਂ ਬਾਅਦ ਅਚਾਨਕ ਇੱਕ ਪਰਚਾ ਸੁਬਾਨਪੁਰ ਦੇ ਥਾਣੇ 'ਚ ਦਰਜ ਹੁੰਦਾ ਉਹ ਇੱਕ ਰਣਜੀਤ ਕੌਰ ਨਾਂ ਦੀ ਔਰਤ ਦੇ ਵੱਲੋਂ ਦਰਜ ਕਰਵਾਇਆ ਗਿਆ ਕਿ ਖੈਰਾ ਦੇ ਵੱਲੋਂ ਗਵਾਹੀ ਦੇਣ ਦੇ ਲਈ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਇਸ ਪਰਚੇ ਦੇ ਮਾਮਲੇ ਦੇ ਵਿੱਚ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਹੁਣ ਖੈਰੇ ਨੂੰ ਭੇਜ ਦਿੱਤਾ ਗਿਆ ਪਰ ਕਾਂਗਰਸ ਦੇ ਬਹੁਤ ਘੱਟ ਨੇਤਾ ਨੇ ਜਿਹੜੇ ਨਿਠਕੇ ਬੋਲੇ ਆ ਕਾਂਗਰਸ ਦੇ ਕੁਝ ਕ ਨੇਤਾ ਭਾਵੇਂ ਬੋਲੇ ਚੰਨੀ ਸਾਹਿਬ ਵੀ ਬੋਲੇ ਆ ਇੱਕ ਦੋ ਹੋਰ ਨੇਤਾਵਾਂ ਦੇ ਵੱਲੋਂ ਵੀ ਗੱਲ ਕਹੀ ਗਈ ਆ ਵੀ ਭਾਈ ਖਰੇ ਨਾਲ ੱਤਕਾ ਹੋ ਰਿਹਾ ਪਰ ਕਾਂਗਰਸੀਆਂ ਨੂੰ ਜਿਸ ਤਰੀਕੇ ਨਾਲ ਬੋਲਣਾ ਚਾਹੀਦਾ ਸੀ ਜਾਂ ਜਿਵੇਂ ਕਾਂਗਰਸ ਦੇ ਵਿੱਚ ਏਕੇ ਦੀ ਇਸ ਵੇਲੇ ਗੱਲ ਸਾਹਮਣੇ ਆਉਣੀ ਚਾਹੀਦੀ ਸੀ ਉਸ ਰੂਪ ਦੇ ਵਿੱਚ ਨਹੀਂ ਆਈ ਮੈਂ ਇਹ ਗੱਲ ਨੂੰ ਮੰਨ ਸਕਦਾ ਵੀ ਭਾਈ ਹੋ ਸਕਦਾ ਵੀ ਭਾਈ ਕੋਈ ਕਾਂਗਰਸੀ ਆਗੂ ਕਿਤੇ ਗਿਆ ਹੋਵੇ ਕੋਈ ਕਿਤੇ ਗਿਆ ਹੋਵੇ ਪਰ ਜਿਹੜੀ ਯੂਨਿਟੀ ਜਿਹੜੀ ਇਕਜੁੱਟਤਾ ਜਿਹੜੀ ਦ੍ਰਿੜਤਾ ਨਜ਼ਰ ਆਉਣੀ ਚਾਹੀਦੀ ਸੀ ਉਹ ਹਾਲੇ ਨਜ਼ਰ ਨਹੀਂ ਆਈ ਜਾਂ ਫਿਰ ਇਹਦੇ ਪਿੱਛੇ ਇੱਕ ਹੋਰ ਕਾਰਨ ਹੋ ਸਕਦਾ ਬੀ ਕਾਂਗਰਸੀ ਇਸ ਵੇਲੇ ਨੈਟਕੇ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਣਾ ਨਹੀਂ ਚਾਹੁੰਦੇ ਕਿਉਂਕਿ ਪੰਜਾਬ ਦੇ ਵਿੱਚ ਸਮਝੌਤੇ ਵਾਲੀ ਗੱਲ ਚੱਲ ਰਹੀ ਹੈ ਤੇ ਜਾਣਕਾਰੀਆਂ ਇਹ ਵੀ ਮਿਲੀਆਂ ਵੀ ਪੰਜਾਬ ਦੇ ਕਾਂਗਰਸੀ ਇਹ ਚਾਹੁੰਦੇ ਆ ਕਿ 13 ਦੇ ਵਿੱਚੋਂ 8 ਸੀਟਾਂ ਸਾਨੂੰ ਮਿਲਣ ਪੰਜ ਆਮ ਆਦਮੀ ਪਾਰਟੀ ਰੱਖ ਲੈ ਸਾਡਾ 2019 ਦੀਆਂ ਚੋਣਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਰਿਕਾਰਡ ਬਹੁਤ ਵਧੀਆ ਰਿਹਾ ਪਰ ਆਮ ਆਦਮੀ ਪਾਰਟੀ ਚਾਹੁੰਦੀ ਵੀ ਸਾਡੇ ਕੋਲੇ ਵੱਧ ਸੀਟਾਂ ਹੋਣ ਕਿਉਂਕਿ ਸਾਡਾ 2000 ਤੇ 22 ਦੇ ਵਿੱਚ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਰਿਕਾਰਡ ਬਹੁਤ ਵਧੀਆ ਰਿਹਾ ਤੇ ਕਹਿੰਦੇ ਆ ਵੀ 8 ਮੰਗਦੇ ਕਾਂਗਰਸੀ 6 ਜਾਂ 7 ਦੇ ਉੱਤੇ ਗੱਲ ਸ਼ਾਇਦ ਤਾਂ ਇਹ ਵੀ ਹੋ ਜੇ ਬਾਕੀ ਤਾਂ ਚਲੋ ਸਮਾਂ ਰਸੂਗਾ ਕੀ ਬਣਦਾ ਪਰ ਕਿਤੇ ਕਾਂਗਰਸੀ ਇਸ ਗੱਲ ਕਰਕੇ ਤਨੀ ਚੁੱਪ ਗੜਪ ਵੀ ਜਿੰਨਾ ਨਾਲ ਗੱਠ ਜੋੜ ਕਰਨਾ ਜੇਕਰ ਉਹਨਾਂ ਦੇ ਖਿਲਾਫ ਹੀ ਬੋਲਾਂਗੇ ਤਾਂ ਯਾਰ ਫਿਰ ਗੱਠ ਜੋੜ ਵਾਲੀ ਗੱਲ ਨਹੀਂ ਬਣਨੀਗੀ ਉਹਦਾ ਪੰਜਾਬ ਦੇ ਕਾਂਗਰਸੀ ਅੱਜ ਵੀ ਇਹ ਗੱਲ ਕਹਿੰਦੇ ਆ ਕਿ ਅਸੀਂ 13 ਦੀਆਂ 13 ਸੀਟਾਂ ਦੇ ਉੱਤੇ ਇਕੱਲੇ ਤੌਰ ਤੇ ਤਿਆਰੀ ਕਰੀ ਬੈਠੇ ਆ ਪਰ ਇਹ ਤਿਆਰੀ ਕੀ ਸੱਚੀ ਮੁੱਚੀ ਸਿਰੇ ਲੱਗੂਗੀ ਕੀ ਹਾਈ ਕਮਾਂਡ ਦੇ ਕਹਿਣੇ ਮੁਤਾਬਕ ਚੱਲਣਾ ਪਊਗਾ ਤੇ ਜਾਣਕਾਰਾਂ ਤਾਂ ਇਹ ਵੀ ਮਿਲ ਰਹੀਆਂ ਵੀ ਭਾਈ ਇਹ ਗੱਠ ਜੋੜ ਹੋ ਹੀ ਜਾਣਾ ਪਰ ਇਹਦੇ ਲਈ ਵੇਲੇ ਦੀ ਉਡੀਕ ਕੀਤੀ ਜਾ ਰਹੀ ਹੈ ਐਨ ਮੌਕੇ ਦੇ ਉੱਤੇ ਆ ਕੇ ਗੱਠਜੋੜ ਹੋਊਗਾ ਜੇ ਹੁਣੇ ਹੀ ਗੱਠਜੋੜ ਹੋ ਗਿਆ ਤੇ ਉਦੋਂ ਤੱਕ ਜਿਹੜਾ ਰੌਂਜ ਆ ਜਿਹੜਾ ਤੱਤਾ ਪਣ ਜਾ ਜਿਹੜੀ ਤਾਜ਼ਗੀ ਦੀ ਗੱਲ ਦੀ ਜਿਹੜੀ ਖਬਰ ਦਾ ਅਸਰ ਜਾ ਹੁੰਦਾ ਉਹ ਕਹਿੰਦੇ ਮਰ ਜਾਣਾ ਇਸ ਕਰਕੇ ਵੇਲੇ ਤੋਂ ਪਹਿਲਾਂ ਇਸ ਗੱਲ ਤੇ ਰੌਲਾ ਨਹੀਂ ਪਾਉਣਾ ਸੋ ਸਮਾਂ ਦੱਸੂਗਾ ਬਣਦਾ ਕੀ ਹੈ ਪਰ ਸੁਖਪਾਲ ਸਿੰਘ ਖਹਿਰਾ ਦੇ ਹੱਕ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਬੜੀ ਵੱਡੀ ਗਿਣਤੀ ਚ ਲੋਕ ਆਏ ਆ ਉਹਨਾਂ ਦਾ ਆਉਣਾ ਕੋਈ ਅਸਰ ਕਰੇ ਜਾਂ ਨਾ ਕਰੇ ਇਹ ਵੱਖਰੀ ਗੱਲ ਹੈ ਪਰ ਸੁਖਪਾਲ ਸਿੰਘ ਖਹਿਰਾ ਦੇ ਰੰਗ ਰੂਪ ਨੂੰ ਦੇਖ ਕੇ ਤੇਰੇ ਮੋਰੇ ਨੂੰ ਦੇਖ ਕੇ ਉਸ ਤੋਂ ਬਾਅਦ ਕਈਆਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਹੀਆਂ ਕਾਨੂੰਨ ਆਪਣੇ ਤਰੀਕੇ ਨਾਲ ਕੰਮ ਕਰ ਰਿਹਾ ਇਹ ਸੱਤਾਧਾਰੀ ਧਿਰ ਦੇ ਕਈ ਲੋਕ ਕਹਿੰਦੇ ਆ ਤੇ ਸੱਤਾਧਾਰੀ ਧਿਰ ਦੇ ਵੱਲੋਂ ਧੱਕਾ ਕੀਤਾ ਜਾ ਰਿਹਾ ਇਹ ਕੁਝ ਲੋਕ ਸੋਸ਼ਲ ਮੀਡੀਆ ਦੇ ਉੱਤੇ ਕਹਿ ਰਹੇ ਆ ਵੀ ਨਹੀਂ ਆਉਂਦੇ ਸਮੇਂ ਦੇ ਵਿੱਚ ਵੱਡਾ ਕੀ ਆ ਪਰ ਪਹਿਲਾਂ ਇਸ ਰਿਪੋਰਟ ਦਾ ਵੀਰ ਬਸਾਂ ਜਾ ਕਰਦੇ ਆ ਤੇ ਫਿਰ ਕਰਾਂਗੇ ਟਿੱਪਣੀ ਭੁਲਾਤ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਪੂਰਥਲਾ ਦੀ ਅਦਾਲਤ ਨੇ ਨਿਆਂਇਕ ਹਿਰਾਸਤ ਦੇ ਵਿੱਚ 14 ਦਿਨਾਂ ਦੇ ਲਈ ਭੇਜ ਦਿੱਤਾ ਕਪੂਰਥਲਾ ਦੇ ਥਾਣਾ ਸੁਬਾਨਪੁਰ ਦੇ ਵਿੱਚ ਦਰਜ ਧਾਰਾ 195ਏ ਤੇ 506 ਆਈਪੀਸੀ ਦੇ ਤਹਿਤ ਮਾਮਲੇ ਦੇ ਵਿੱਚ ਅਦਾਲਤ ਨੇ ਲੰਘੇ ਕੱਲ ਸ਼ਾਮੀ ਇੱਕ ਲੜਣ ਦਾ ਪੁਲਿਸ ਰਿਮਾਨਡ ਦਿੱਤਾ ਸੀ ਪੁਲਿਸ ਉਹਨਾਂ ਦਾ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਉਣ ਤੋਂ ਬਾਅਦ ਕਪੂਰਥਲਾ ਕੋਰਟ ਦੇ ਵਿੱਚ ਪਹੁੰਚੀ ਸੀ ਵਿਦਾਇਕ ਖਹਿਰਾ ਨੇ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਤੋਂ ਪਹਿਲਾਂ মিডিਆ ਨਾਲ ਗੱਲਬਾਤ ਕਰਦਿਆਂ ਹੋਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਾਰੇ ਜੇਲ੍ਹ ਤੋਂ ਆਉਣ ਤੋਂ ਬਾਅਦ ਤਸੱਲੀ ਨਾਲ ਗੱਲ ਕਰਾਂਗਾ ਜੇ ਮੈਂ ਹੁਣ ਕੁਝ ਕਹਾਂਗਾ ਤਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੇ ਬਾਕੀ ਲੋਕ ਪੁਲਿਸ ਅਧਿਕਾਰੀਆਂ ਦੇ ਉੱਤੇ ਗੁੱਸਾ ਕਰ ਦੇਣਗੇ ਦੱਸਣਾ ਬਣਦਾ ਹੈ ਕਿ ਕਈ ਸਾਲ ਪੁਰਾਣੇ ਐਨਡੀਪੀਐਸ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਲੰਘੇ ਕੱਲ ਹਾਈ ਕੋਰਟ ਦੇ ਵੱਲੋਂ ਬੇਲ ਮਿਲਣ ਤੋਂ ਬਾਅਦ ਕਪੂਰਥਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਦੂਜੇ ਪਾਸੇ ਇੱਕ ਦਿਨ ਦੇ ਰਿਮਾਨਡ ਦੌਰਾਨ ਖੈਰਾ ਨੂੰ ਰਾਤ ਕਪੂਰਥਲਾ ਦੇ ਸੀਆਈਏ ਸਟਾਫ ਦੇ ਵਿੱਚ ਰੱਖਿਆ ਗਿਆ ਸੁਖਪਾਲ ਖੈਰਾ ਦੇ ਉੱਤੇ 4 ਜਨਵਰੀ ਨੂੰ ਸਵੇਰੇ ਥਾਣਾ ਸੁਬਾਨਪੁਰ ਦੇ ਵਿੱਚ ਇੱਕ ਔਰਤ ਰਣਜੀਤ ਕੌਰ ਦੀ ਸ਼ਿਕਾਇਤ ਦੇ ਉੱਤੇ 195ਏ ਤੇ 506 ਆਈਪੀਸੀ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਜਿਸ ਦੀ ਸੁਲਵਾਈ ਦੌਰਾਨ ਜੱਜ ਸੁਪਰੀਤ ਕੌਰ ਦੀ ਅਦਾਲਤ ਵਿੱਚ ਐਮਐਲਏ ਸੁਖਪਾਲ ਖਹਿਰਾ ਨੂੰ ਪੇਸ਼ ਕਰਨ ਤੋਂ ਬਾਅਦ ਇੱਕ ਦਿਨ ਦਾ ਰਮਾਨ ਦਿੱਤਾ ਗਿਆ ਸੀ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਸਮੇਂ ਮੀਡੀਆ ਤੋਂ ਦੂਰੀ ਬਣਾਈ ਰੱਖੀ ਗਈ ਤੇ ਖਹਿਰਾ ਨੂੰ ਗੱਲ ਨਹੀਂ ਕਰਨ ਦਿੱਤੀ ਗਈ ਖਹਿਰਾ ਦੇ ਵਕੀਲ ਨੇ ਇਹ ਗੱਲ ਕਹੀ ਹੈ ਕਿ ਇਹ ਮਾਮਲਾ ਝੂਠਾ ਤੇ ਇਹਦੇ ਵਿੱਚ ਕੋਈ ਸੱਚਾਈ ਨਹੀਂ ਤੇ ਇਸ ਮਾਮਲੇ ਵਿੱਚ ਸੱਤਾਧਾਰੀ ਧਿਰ ਜਿਹੜੀ ਉਹ ਬਿਲਕੁਲ ਚੁੱਪਗੁਪ ਹੈ ਜਿਹਨੇ ਆਉਂਦੇ ਸਮੇਂ ਦੇ ਵਿੱਚ ਇਸ ਮਾਮਲੇ 'ਚ ਕੀ ਸਾਹਮਣੇ ਆਉਂਦਾ ਪਰ ਇਸ ਵੇਲੇ ਕਾਂਗਰਸੀ ਉਹਨਾਂ ਨਟਕੇ ਨਹੀਂ ਬੋਲਦੇ ਪ੍ਰਤੀਤ ਹੋ ਰਹੇ ਜਿਹੜਾ ਉਹਨਾਂ ਨੂੰ ਬੋਲਣਾ ਚਾਹੀਦਾ ਸੀ ਇਹ ਵੀ ਕੁਝ ਲੋਕਾਂ ਦੇ ਵੱਲੋਂ ਰਾਏ ਪੇਸ਼ ਕੀਤੀ ਜਾ ਰਹੀ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਲੰਘੇ ਕੱਲ ਸੁਨੀਲ ਜਾਖੜ ਸਾਹਿਬ ਦੇ ਵੱਲੋਂ ਜਿਹੜੇ ਕਿ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਆ ਉਹਨਾਂ ਦੇ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਈ ਮਹੱਤਵਪੂਰਨ ਗੱਲਾਂ ਕਹੀਆਂ ਉਹਨਾਂ ਨੇ ਕਿਹਾ ਜੀ ਕਿ ਇਹ ਉਹ ਖਹਿਰਾ ਮੈਨੂੰ ਲੱਗਿਆ ਨਹੀਂ ਜਿਹੜੇ ਖਹਿਰੇ ਨੂੰ ਅਸੀਂ ਕਿਸੇ ਵੇਲੇ ਕਾਂਗਰਸ ਦੇ ਵਿੱਚ ਸ਼ਾਮਲ ਕਰਵਾਇਆ ਸੀ ਸੁਖਪਾਲ ਸਿੰਘ ਖਹਿਰਾ ਦਾ ਇਹ ਹਾਲ ਵੇਖ ਕੇ ਤੇ ਕਾਂਗਰਸਗਾਂ ਦੇ ਵੱਲੋਂ ਉਸ ਰੂਪ ਦੇ ਵਿੱਚ ਵਿਰੋਧ ਨਹੀਂ ਕੀਤਾ ਗਿਆ ਜਿਵੇਂ ਕਿ ਕਰਨਾ ਚਾਹੀਦਾ ਸੀ ਜਾਖੜ ਹੋਰਾਂ ਨੇ ਇਹ ਗੱਲ ਕਹੀ ਹੈ ਉਹਨਾਂ ਨੇ ਤੌਖਲਾ ਵੀ ਪ੍ਰਗਟਾਇਆ ਤੇ ਉਹਨਾਂ ਨੇ ਇੱਕ ਸ਼ੱਕ ਦੀ ਗੁੰਜਾਇਸ਼ ਵੀ ਪੈਦਾ ਕੀਤੀ ਹੈ ਵੀ ਇਹੋਂ ਲੱਗਦਾ ਵੀ ਪੰਜਾਬ ਦੇ ਕਈ ਕਾਂਗਰਸੀ ਇਸ ਗੱਲੋਂ ਬਾਗੋ-ਬਾਗ ਆ ਵੀ ਖੈਰੇ ਤੋਂ ਖੜਾ ਛੁੱਟ ਗਿਆ ਚਲੋ ਚੰਗੀ ਗੱਲ ਹੈ ਇਹ ਅੰਦਰ ਟੰਗਿਆ ਫਿਰਦਾ ਸੋ ਉਹਨਾਂ ਨੇ ਕਿਹਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਕਾਂਗਰਸੀ ਕੀ ਕਰਦੇ ਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਪਰ ਇਸ ਵੇਲੇ ਜੇਕਰ ਕੇਜਰੀਵਾਲ ਨੂੰ ਸੰਮਣ ਜਾਰੀ ਹੁੰਦੇ ਆ ਤਾਂ ਇਹ ਕਹਿੰਦੇ ਵੀ ਭਾਈ ਐਦਾਂ ਗਲਤ ਕੀਤਾ ਜਾ ਰਿਹਾ ਧੱਕਾ ਕੀਤਾ ਜਾ ਰਿਹਾ ਤੇ ਜਦੋਂ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਰਿੜਤੀ ਗਈ ਸੁਖਪਾਲ ਸਿੰਘ ਖੈਰਾ ਨੂੰ ਨਾਲ ਦੀ ਨਾਲ ਇੱਕ ਨਵੇਂ ਪਰਚੇ 'ਚ ਗ੍ਰਿਫਤਾਰ ਕਰ ਲਿਆ ਕਿ ਇਹ ਪੰਜਾਬ ਦੇ ਵਿੱਚ ਧੱਕਾ ਨਹੀਂ ਕੀਤਾ ਜਾ ਰਿਹਾ ਜੇਕਰ ਤੁਹਾਡੇ ਉੱਤੇ ਬਣਦੀ ਸਰਦੀ ਕਾਰਵਾਈ ਹੋਵੇ ਤੁਸੀਂ ਕਹਿੰਦੇ ਵੀ ਗਲਤ ਹੋ ਰਿਹਾ ਜੇ ਤੁਸੀਂ ਕਾਰਵਾਈਆਂ ਕਰਵਾਓ ਕਹਿੰਦੇ ਬਿਲਕੁਲ ਸਹੀ ਹੋ ਰਿਹਾ ਤੇ ਐਦਾਂ ਤਾਂ ਗੱਲ ਚੱਲਣੀ ਨਹੀਂ ਸਾਬ ਜਿਵੇਂ ਕਿ ਉਹ ਕਹਿੰਦੇ ਹੁੰਦੇ ਹੈਗਾ ਜਾਕਰ ਸਾਹਿਬ ਕਿ ਸਾਬ ਐਦਾਂ ਨਹੀਂ ਸਾਬ ਜੀ ਐਦਾਂ ਗੱਲ ਹੁੰਦੀ ਆ ਸਾਬ ਆ ਨਹੀਂ ਹੈਗਾ ਸੋ ਉਹਨਾਂ ਨੇ ਇਸ ਅੰਦਾਜ਼ ਦੇ ਵਿੱਚ ਗੱਲ ਕੀਤੀ ਆ ਉਸ ਤੋਂ ਅਗਲੀ ਗੱਲ ਇਹ ਆ ਵੀ ਉਹਨਾਂ ਨੇ ਕਿਹਾ ਜੀ ਕਿ जाट ਮਹਾਸਭਾ ਦੇ ਵੀ ਪ੍ਰਧਾਨ ਇਹ ਜਿਹੜੇ ਖੈਰਾ ਸਾਹਿਬ ਨੇ ਪਰ ਕਿਸੇ ਜਥੇਬੰਦੀ ਦੇ ਵੱਲੋਂ ਕਿਸੇ ਕਿਸਾਨ ਵਿੰਗ ਦੇ ਵੱਲੋਂ ਵੀ ਖੈਰੇ ਦੇ ਹੱਕ ਦੇ ਵਿੱਚ ਹਾਧਾ-ਧਾਰਾ ਨਹੀਂ ਮਾਰਿਆ ਗਿਆ ਤੇ ਭਾਈ ਇਹ ਵੀ ਕਿਹੜੀ ਕਿਸਾਨ ਜਥੇਬੰਦੀਾਂ ਵਾਲੀ ਗੱਲ ਹੋਈ ਇਹ ਕਿਹੜੀ ਏਕਤਾ ਦੀ ਗੱਲ ਕੀਤੀ ਗਈ ਹੋਈ ਸੋ ਉਹਨਾਂ ਨੇ ਕਿਹਾ ਜੀ ਕਿ ਇਸ ਮਾਮਲੇ ਦੇ ਵਿੱਚ ਪਤਾ ਨਹੀਂ ਕਿਹੜੇ ਕਾਰਨ ਜਿਹਦੇ ਕਰਕੇ ਵੱਡੀ ਗਿਣਤੀ ਦੇ ਵਿੱਚ ਨੇਤਾ ਤੇ ਵਕ ਵਕ ਜਥੇਬੰਦੀਆਂ ਚੁੱਪਗੁੜਾ ਬੈਠੇ ਆ ਉਸ ਤੋਂ ਅਗਲੀ ਗੱਲ ਇਹ ਆ ਵੀ ਮਹਿਤਾਬ ਸਿੰਘ ਖੈਰਾ ਜਿਹੜੇ ਕਿ ਸੁਖਪਾਲ ਸਿੰਘ ਖੈਰਾ ਦੇ ਸੁਪੁੱਤਰ ਆ ਉਹਨਾਂ ਨੇ ਕਿਹਾ ਜੀ ਕਿ ਮੇਰੇ ਪਿਤਾ ਨਾਲ ਤੱਕਾ ਹੋ ਰਿਹਾ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਕਈ ਵਾਰ ਹੋਇਆ ਪਰ ਅਸੀਂ ਨਟਕੇ ਲੜਾਂਗੇ ਅਸੀਂ ਨਟਕੇ ਲੜ ਰਹੇ ਆ ਅਸੀਂ ਝੁਕਾਂਗੇ ਨਹੀਂ ਤੇ ਅਸੀਂ ਰੁਕਾਂਗੇ ਨਹੀਂ ਉਹਨਾਂ ਨੇ ਇਹ ਗੱਲ ਕਹੀ ਆ ਵੀ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਪਰਸੋਂ ਨਹੀਂ ਤਾਂ 15 ਦਿਨ ਰੁੱਕ ਕੇ ਜ਼ਮਾਨਤ ਤਾਂ ਮਿਲ ਹੀ ਜਾਣੀ ਐ ਤੇ ਉਸ ਤੋਂ ਬਾਅਦ ਸੱਚਾਈ ਸਭ ਦੇ ਸਾਹਮਣੇ ਆ ਹੀ ਜਾਣੀ ਆ ਨਾ ਅਸੀਂ ਪਰਚਾ ਤੋਂ ਕਦੇ ਡਰੇ ਆ ਤੇ ਨਾ ਡਰਨ ਦੀ 1 ਫੀਸਦੀ ਵੀ ਕੋਈ ਸੰਭਾਵਨਾ ਹੈਗੀ ਆ ਉਹਨਾਂ ਨੇ ਕਿਹਾ ਵੀ ਕਿਹੜੇ ਕੱਢ ਰਹੇ ਆ ਕੱਢੀ ਜਾਣ ਗ੍ਰਿਫਤਾਰ ਕਰ ਸਕਦੇ ਆ ਕਰੀ ਜਾਣ ਪਰ ਅਦਾਲਤਾਂ ਦੇ ਵੱਲੋਂ ਜੋ ਵੀ ਰਾਹ ਦਿੱਤੀ ਜਾਊਗੀ ਉਹ ਸਭ ਦੇ ਸਾਹਮਣੇ ਹੋਊਗਾ ਉਹਨਾਂ ਨੇ ਕਿਹਾ ਜੀ ਕਿ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਆਉਂਦੇ ਸਮੇਂ ਦੇ ਵਿੱਚ ਹੋ ਜਾਣਾ ਸੋ ਇੱਕ ਤਾਂ ਗੱਲ ਇਹ ਵੀ ਸੁਖਪਾਲ ਸਿੰਘ ਖਹਿਰਾ ਕਦੋਂ ਕੋ ਰਿਹਾ ਹੋਣਗੇ ਕਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਤੇ ਦੂਜੀ ਗੱਲ ਇਹ ਆ ਵੀ ਕਾਂਗਰਸੀਆ ਜਿਹੜੇ ਉਹ ਕਦੋਂ ਨਿਟਕੇ ਬੋਲਣਗੇ ਤੇ ਤੀਜੀ ਗੱਲ ਇਹ ਆ ਵੀ ਕਾਂਗਰਸੀ ਕਿਤੇ ਆਪ ਦੇ ਨਾਲ ਗੱਠ ਜੋੜ ਕਰਨ ਦੇ ਚੱਕਰਾਂ ਦੇ ਵਿੱਚ ਤਾਂ ਨਹੀਂ ਚੁੱਪ ਰਹਿ ਰਹੇ ਜੇ ਬੋਲ ਰਹੇ ਆ ਤਾਂ ਥੋੜਾ ਬਹੁਤਾ ਵੀ ਉੱਤੋਂ ਉੱਤੋਂ ਜਿਵੇਂ ਚਲੋ ਬੋਲਦੇ ਆ ਤੇ ਵੈਸੇ ਵਿਰੋਧ ਵਾਲੀ ਕੋਈ ਬਹੁਤੀ ਗੱਲ ਦਰਜ ਵੀ ਨਹੀਂ ਕਰਵਾਈ ਜਾ ਰਹੀ ਤੇ ਉਸ ਤੋਂ ਅਗਲੀ ਗੱਲ ਇਹ ਆ ਵੀ ਆਉਂਦੇ ਸਮੇਂ ਦੇ ਵਿੱਚ ਯਾਨ ਬਹੁਤ ਤਰ੍ਹਾਂ ਦੇ ਰਾਜਸੀ ਦ੍ਰਿਸ਼ ਬਦਲਨੇ ਆ। ਦੇਖੋ ਆਮ ਆदमी ਪਾਰਟੀ ਦੇ ਬਾਬਤ ਇਸ ਵੇਲੇ ਨਿੱਠ ਕੇ ਭਾਜਪੀ ਤੇ ਅਕਾਲੀ ਦਲ ਨੇ ਬੋਲਣਾ ਸ਼ੁਰੂ ਕੀਤਾ ਤੇ ਕਾਂਗਰਸ ਨੇ ਬੋਲਣਾ ਘਟਾਇਆ। ਸੋ ਆਮ ਆਦਮੀ ਪਾਰਟੀ ਮੇਰਾ ਖਿਆਲ ਉਹਦੇ ਸਮੇਂ ਚ ਕਾਂਗਰਸ ਦੇ ਬਾਰੇ ਘੱਟ ਬੋਲੂਗੀ ਤੇ ਅਕਾਲੀ ਦਲ ਦੇ ਬਾਰੇ ਵੱਧ ਬੋਲੂਗੀ। ਪਰ ਇੱਕ ਗੱਲ ਹੋਰ ਦਸਨੀ ਬਣਦੀ ਆ ਕਿ ਮਾਗੀ ਦੇ ਮੇਲੇ ਦੇ ਮੌਕੇ 14 ਜਨਵਰੀ ਨੂੰ ਪਤਾ ਲੱਗਾ ਜੀ ਕਿ ਸੁਖਦੇਵ ਸਿੰਘ ਢਿੰਡਸਾ ਦੇ ਸੰਯੁਕਤ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਲਿਵਾਂ ਹੋਣ ਦੀ ਪੂਰੀ ਪੂਰੀ ਆਸ ਹੈ। ਕਿਉਂਕਿ ਪਿਛਲੇ ਕਈ ਦਿਨਾਂ ਤੋਂ ਕਣਸਵਾ ਕਿ ਸੁਖਦੇਵ ਸਿੰਘ ਢਿੰਡਸਾ ਹੁਣ ਇਧਰਲੇ ਪਾਸੇ ਆ ਸਕਦੇ ਆ ਉਹਨਾਂ ਨੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਸੀ ਜਿਨੇ ਕਿ ਪਾਰਟੀ ਦੇ ਵਰਕਰਾਂ ਨਾਲ ਗੱਲਬਾਤ ਕਰਨੀ ਆ ਕਹਿੰਦੇ ਉਹ ਗੱਲਬਾਤ ਮੁਕੰਮਲ ਹੋ ਗਈ ਆ ਅੰਦਰ ਖਾਤੇ ਸਾਰੀ ਗੱਲਬਾਤ ਸਿਰੇ ਲੱਗੀ ਆ ਤੇ ਬਹੁਤ ਜਲਦ ਯਾਨੀ ਕਿ ਉਹ ਮਾਗੀ ਦੇ ਮੇਲੇ ਦੇ ਮੌਕੇ ਸ਼ਾਇਦ ਸ਼ਾਇਦ ਉਹ ਆ ਜਾਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਗੱਲਾਂ ਸਾਰੀਆਂ ਤੈਹੀ ਆ ਬਸ ਆਉਣਾ ਹੀ ਬਾਕੀ ਆ ਜੋ ਜੋ ਵੀ ਕੁਝ ਅੰਦਰੂਨੀ ਤੌਰ ਤੇ ਗੱਲਬਾਤਾਂ ਹੋਈਆਂ ਹੋਣੀਆਂ ਗੁਣਾ ਘਟਾਓ ਵਾਲਾ ਜਮਾ ਜਰਬਾਂ ਤਕਸੀਮਾ ਵਾਲਾ ਉਹ ਸਾਰਾ ਕੁਝ ਸਿਰੇ ਲੱਗ ਗਿਆ ਸੋ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋਣ ਦੀ ਕੋਸ਼ਿਸ਼ ਕਰ ਰਿਹਾ ਇਕੱਠੇ ਹੋ ਕੇ ਹਮਲਾ ਮਾਰਨ ਦੀ ਕੋਸ਼ਿਸ਼ ਕਰ ਰਿਹਾ ਬੀਜੇਪੀ ਦੇ ਨਾਲ ਗੱਠਜੋੜ ਲਗਭਗ ਤੈਅ ਆ ਤੇ ਬਹਿਨੇ ਆ ਕਿ ਆਉਂਦੇ ਸਮੇਂ ਦੇ ਵਿੱਚ ਕੌਣ ਕੀ ਦੀ ਬਾਜ਼ੀ ਪਲਟਦਾ ਲੰਘ ਕੱਲ ਅਮਨ अरोड़ा ਸਾਹਿਬ ਦੇ ਬਾਰੇ ਜਿਹੜੇ ਕਿ ਪੰਜਾਬ ਦੇ ਕੈਬਨਿਟ ਮੰਤਰੀ ਨੇ ਉਹਨਾਂ ਦੇ ਬਾਰੇ ਰਾਜਪਾਲ ਸਾਹਿਬ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਮਹੱਤਵਪੂਰਨ ਚਿੱਠੀ ਲਿਖੀ ਗਈ ਆ ਆਪਾਂ ਜਾਣਦੇ ਆ ਕਿ ਗਣਤੰਤਰ ਦਿਵਸ ਸਿਰ ਦੇ ਉੱਤੇ ਆ ਯਾਨੀ ਕਿ 26 ਜਨਵਰੀ ਨੂੰ ਪੰਜਾਬ ਦੇ ਵਿੱਚ ਵੱਖ-ਵੱਖ ਮੰਤਰੀ ਸਹਿਬਾਨ ਦੀ ਡਿਊਟੀ ਲੱਗ ਚੁੱਕੀ ਹੈ ਵੀ ਕਿਹਨੇ ਤਿਰੰਗਾ ਕਿੱਥੇ ਲਹਿਰਾਉਣਾ ਕਿਹਨੇ ਤਿਰੰਗਾ ਕਿੱਥੇ ਲਹਿਰਾਉਣਾ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਤੇ ਲੁਧਿਆਣਾ ਦੇ ਵਿੱਚ ਤਿਰੰਗਾ ਲਹਿਰਾਇਆ ਜਾਣਾ ਉਵੇਂ ਹੀ ਵੱਖ-ਵੱਖ ਮੰਤਰੀਆਂ ਦੀ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਡਿਊਟੀ ਲੱਗੀ ਹੈ ਉਹ ਜਿਵੇਂ 15 ਅਗਸਤ ਦੇ ਮੌਕੇ ਲੱਗਦੀ ਹੁੰਦੀ ਹੈ ਗਣਤੰਤਰ ਦਿਵਸ ਦੇ ਮੌਕੇ ਵੀ ਇਵੇਂ ਲੱਗਦੀ ਹੈ ਸਾਲ ਦੇ ਵਿੱਚ ਦੋ ਵਾਰ ਇਹ ਡਿਊਟੀਆਂ ਲੱਗਦੀਆਂ ਤੇ ਜੋ-ਜੋ ਗੱਲਾਂ ਹੁੰਦੀਆਂ ਆਪਾਂ ਜਾਣਦੇ ਆ ਵੀ ਭਾਈ ਪੰਜਾਬ ਦੇ ਵਿੱਚ ਅਸੀਂ ਕੀ ਕੀਤਾ ਪਿਛਲੇ ਨੇ ਕੀ ਕੀਤਾ ਇਸ ਤਰੀਕੇ ਦੀਆਂ ਅਕਸਰ ਗੱਲਾਂ ਹੁੰਦੀਆਂ ਪਰ ਅਮਨ अरोड़ा ਸਾਹਿਬ ਦੇ ਵੱਲੋਂ ਜਿਹੜਾ ਤਿਰੰਗਾ ਲਹਿਰਾਇਆ ਜਾਣਾ ਤੈ ਤਾਂ ਹੋ ਗਿਆ ਵੀ ਉਹਨੇ ਫਲਾਣੇ ਸ਼ਹਿਰ ਦੇ ਵਿੱਚ ਲੈ ਰਾਉਣਾ ਇਹਦੇ ਉੱਤੇ ਰਾਜਪਾਲ ਦੇ ਵੱਲੋਂ ਰਾਜਪਾਲ ਬਨਵਾਰੀ لال ਪ੍ਰੋਹਤ ਸਾਹਿਬ ਦੇ ਵੱਲੋਂ ਇਤਰਾਜ਼ ਜ਼ਾਹਰ ਕੀਤਾ ਗਿਆ ਉਹਨਾਂ ਨੇ ਕਿਹਾ ਜੀ ਕਿ ਜਿਹੜੇ ਬੰਦੇ ਨੂੰ ਸੁਨਾਮ ਦੀ ਅਦਾਲਤ ਦੇ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਹੋਵੇ ਜਿਹਦੀ ਇਸ ਵੇਲੇ ਮੈਂਬਰਸ਼ਿਪ ਰੱਦ ਕਰਨ ਦੀ ਥਾਂ ਦੇ ਉੱਤੇ ਉਹਨੂੰ ਤਿਰੰਗਾ ਲਹਿਰਾਉਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਫਿਰ ਭਾਈ ਤੁਸੀਂ ਨਿਯਮਾਂ ਦਾ ਕਿਹੜਾ ਪਾਲਣ ਕਰਦੇ ਹੋ ਕਿਉਂਕਿ ਆਪਾਂ ਜਾਣਦੇ ਕਿ ਪਿਛਲੇ ਦਿਨੀ ਅਮਨ अरोड़ा ਪੰਜਾਬ ਦੇ ਕੈਬਨਿਟ ਮੰਤਰੀ ਨੂੰ 2 ਸਾਲ ਦੀ ਸਜ਼ਾ ਉਸ ਨਾਮ ਦੀ ਅਦਾਲਤ ਨੇ ਸੁਣਾਈ ਇੱਕ ਪੁਰਾਣਾ ਲਗਭਗ 15 ਸਾਲ ਪੁਰਾਣਾ ਮਾਮਲਾ ਜੀਜੇ ਦੇ ਨਾਲ ਰੌਲਾ ਸੀਗਾ ਜੀ ਕੋਈ ਉਸ ਮਾਮਲੇ 'ਚ ਸਜ਼ਾ ਸੁਣਾਈ ਗਈ ਹੈ ਤੇ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਹੁਣ ਤੱਕ ਕਈ ਲੋਕਾਂ ਦੇ ਵੱਲੋਂ ਕੀਤੀ ਗਈ ਆ ਵੱਖ-ਵੱਖ ਵਿਰੋਧੀਆਂ ਦੇ ਵੱਲੋਂ ਕਿ ਅਮਨ अरोड़ा ਦੀ ਮੈਂਬਰਸ਼ਿਪ ਆ ਜਿਹੜੀ ਮੈਂਬਰ ਆ ਜਿਹੜੇ ਉਹ ਵਿਧਾਨ ਸਭਾ ਦੇ ਉਹ ਮੈਂਬਰੀ ਰੱਦ ਕੀਤੀ ਜਾਵੇ ਯਾਨੀ ਕਿ ਉਹ ਵਿਧਾਇਕੀ ਤੋਂ ਲਾਹ ਦਿੱਤੇ ਜਾਣ ਅਯੋਗ ਘਾਰ ਨਤੇ ਜਾਣ ਜਿੰਨੀ ਦੇਰ ਤੱਕ ਹੇਠਲੀ ਅਦਾਲਤ ਦੇ ਇਸ ਫੈਸਲੇ ਨੂੰ ਉਤਲੀ ਅਦਾਲਤ ਖਤਮ ਨਹੀਂ ਕਰਦੀ ਜਾਂ ਇਹਦੇ ਉੱਤੇ ਰੋਕ ਨਹੀਂ ਲਾਉਂਦੀ ਉਹਨੀ ਦੇਰ ਤੱਕ ਸੋ ਵਕਤ ਦੱਸੂਗਾ ਵੀ ਅਮਨ ਅਰੂੜਾ ਦੀ ਮੈਂਬਰੀ ਹੈ ਜਿਹੜੀ ਵਿਧਾਨ ਸਭਾ ਦੀ ਰੱਦ ਹੁੰਦੀ ਕਿ ਨਹੀਂ ਉਹਨਾਂ ਦੀ ਮੰਤਰੀ ਵਾਲੀ ਕੁਰਸੀ ਖੁੱਸਦੀ ਆ ਕਿ ਨਹੀਂ ਪਰ ਇਸ ਵੇਲੇ ਹਾਈ ਕੋਰਟ ਦੇ ਵਕੀਲ ਐਚਸੀ ਅਰੂੜਾ ਸਾਹਿਬ ਦੇ ਵੱਲੋਂ ਤੇ ਉਧਰੋਂ ਰਾਜਪਾਲ ਦੇ ਵੱਲੋਂ ਲਗਾਤਾਰ ਪੰਜਾਬ ਦੀ ਸਰਕਾਰ ਨੂੰ ਸਵਾਲ ਕੀਤੇ ਜਾ ਰਹੇ ਆ ਕਿ ਭਾਈ ਇਸ ਮਾਮਲੇ ਦੇ ਵਿੱਚ ਕੀਤਾ ਕੀ ਕੀਤਾ ਜਾ ਰਿਹਾ ਦੇਖਦੇ ਪਾਈ ਆਉਂਦੇ ਸਮੇਂ ਦੇ ਵਿੱਚ ਉੱਤਰ ਕੀ ਮਿਲਦਾ ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ ਅਮਨ अरोੜਾ ਨੂੰ 2 ਸਾਲ ਦੀ ਸਜ਼ਾ ਮਿਲਣ ਦੇ ਬਾਵਜੂਦ ਉਹਦੇ ਤੋਂ ਨਾ ਹਟਾਏ ਜਾਣ ਦੇ ਉੱਤੇ ਗਵਰਨਰ ਬਨਵਾਰੀ ਲਾਲ ਪ੍ਰੋਹਤ ਸਾਹਿਬ ਨੇ ਸਵਾਲ ਖੜੇ ਕੀਤੇ ਨੇ ਗਵਰਨਰ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਅਮਨ अरोੜਾ ਦੇ 26 ਜਨਵਰੀ ਨੂੰ ਅੰਮ੍ਰਿਤਸਰ ਦੇ ਵਿੱਚ ਤਿਰੰਗਾ ਲਹਿਰਾਉਣ ਦਾ ਮੌਕਾ ਦੇਣ ਨੂੰ ਵੀ ਗਲਤ ਕਰਾਰ ਦਿੱਤਾ ਗਵਰਨਰ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਬਾਰੇ ਵਿਸਥਾਰ ਦੇ ਵਿੱਚ ਰਿਪੋਰਟ ਦੇਣ ਵਾਸਤੇ ਕਿਹਾ ਗਵਰਨਰ ਨੇ ਚਿੱਠੀ ਦੇ ਵਿੱਚ ਕਿਹਾ ਅਦਾਲਤ ਨੇ ਅਮਨ अरोੜਾ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ ਸੁਪਰੀਮ ਕੋਰਟ ਲਿਲੀ ਥੌਮਸ ਕੇਸ ਦੇ ਵਿੱਚ 2013 ਦੇ ਵਿੱਚ ਆਦੇਸ਼ ਦਿੱਤੇ ਗਏ ਸਨ ਕਿ ਕਿਸੇ ਵੀ ਮੰਤਰੀ ਜਾਂ ਵਿਧਾਇਕ ਨੂੰ ਦੋਸ਼ੀ ਠਹਿਰਾਉਣ ਤੇ ਮੰਤਰੀ ਅਹੁਦੇ ਤੋਂ ਹਟਾਉਣਾ ਹੋਏਗਾ ਇਸ ਦੇ ਬਾਵਜੂਦ ਅਮਨ ਅਰੋੜਾ ਮੰਤਰੀ ਬਣੇ ਹੋਏ ਨੇ ਤੇ ਸਜ਼ਾ ਦੇ ਖਿਲਾਫ ਉੱਪਰਲੀ ਅਦਾਲਤ ਦੇ ਵਿੱਚੋਂ ਕੋਈ ਸਟੇ ਵੀ ਨਹੀਂ ਮਿਲਿਆ 26 ਜਨਵਰੀ ਨੂੰ ਉਹ ਮੰਤਰੀ ਦੀ ਹیثیت ਨਾਲ ਅੰਮ੍ਰਿਤਸਰ ਦੇ ਵਿੱਚ ਗਣਤੰਤਰ ਦਿਵਸ ਦੇ ਉੱਤੇ ਤਿਰੰਗਾ ਲਹਿਰਾਉਣ ਜਾ ਰਹੇ ਨੇ ਇਹ ਗੱਲ ਬਿਲਕੁਲ ਉਚਿਤ ਨਹੀਂ ਗਣਤੰਤਰ ਦਿਵਸ ਸਿਕ ਮਹੱਤਵਪੂਰਨ ਦਿਨ ਹੈ ਸੋ ਇਹੋ ਜਿਹਾ ਇੱਕ ਅਯੋਗ ਵਿਧਾਇਕ ਨੂੰ ਦੇਸ਼ ਦੀ ਇਹੋ ਜੀ ਜ਼ਿੰਮੇਵਾਰੀ ਸੌਂਪਣਾ ਕਾਨੂੰਨੀ ਮਰਿਆਦਾ ਦੇ ਉੱਤੇ ਸੱਟ ਮਾਰਨ ਵਾਲੀ ਗੱਲ ਹੈ ਇਹਦੇ ਨਾਲ ਗਲਤ ਮੈਸੇਜ ਜਾਂਦਾ ਹੈ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਤੇ ਦੂਜੀ ਗੱਲ ਇਹ ਆ ਕਿ ਸੁਨਾਮ ਦੀ ਅਦਾਲਤ ਨੇ 21 ਦਸੰਬਰ ਨੂੰ ਅਮਨ अरोड़ा ਸਮੇਤ 9 ਲੋਕਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ ਤੇ ਇਹ ਸਜ਼ਾ 2008 ਨਾਲ ਜੁੜੇ ਇੱਕ ਕੇਸ ਦੇ ਵਿੱਚ ਹੋਈ ਸੀ ਜਿਹਦੇ ਵਿੱਚ ਅਮਨ अरोड़ा ਦਾ ਆਪਣੇ ਜੀਜੇ ਰਾਜਿੰਦਰ ਦੀਪਾ ਨਾਲ ਪਰਿਵਾਰਕ ਝਗੜਾ ਸੀ ਅਰੋੜਾ ਦੇ ਉੱਤੇ ਇਹ ਦੋਸ਼ ਲੱਗਾ ਹੋਇਆ ਕਿ 15 ਸਾਲ ਪਹਿਲਾਂ ਉਹਨਾਂ ਨੇ ਘਰ ਦੇ ਵਿੱਚ ਜਾ ਕੇ ਜੀਜੇ ਦੇ ਘਰ ਦੇ ਵਿੱਚ ਜਾ ਕੇ ਮਾਰਕੁੱਟ ਕੀਤੀ ਹੈ ਇਸ ਮਾਮਲੇ ਦੇ ਵਿੱਚ ਅਮਨ ਅਰੋੜਾ ਅਤੇ ਹੋਰਨਾਂ ਦੇ ਉੱਤੇ ਆਈਪੀਸੀ ਦੀ ਧਾਰਾ 452 ਤੇ 323 ਦੇ ਤਹਿਤ ਪਰਚਾ ਦਰਜ ਹੋਇਆ ਅਦਾਲਤ ਨੇ ਧਾਰਾ 452 ਦੇ ਵਿੱਚ 2 ਸਾਲ ਤੇ 323 ਦੇ ਵਿੱਚ 1 ਸਾਲ ਦੀ ਕੈਦ ਸੁਣਾਈ ਸੀ ਦੋਵੇਂ ਸਜ਼ਾਵਾਂ ਇੱਕੋ ਵੇਲੇ ਚੱਲਣਗੀਆਂ ਇਸ ਖਬਰ ਦੇ ਉੱਤੇ ਟਿੱਪਣੀ ਕਰ ਲੈ ਦੋਸਤੋ ਪਹਿਲੇ ਗੱਲ ਤਾਂ ਸਿੱਖਾਂਗੇ ਜਿਹੜੀ ਗੱਲ ਇਹ ਸਾਹਮਣੇ ਆਈ ਹੈ ਕੇ ਮਾਨਯੋਗ ਰਾਜਪਾਲ ਸਾਹਿਬ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਗਈ ਹੈ ਇਹਦੇ ਉੱਤੇ ਹੁਣ ਉੱਤਰ ਕੀ ਦੇਣਗੇ ਭਗਵੰਤ ਮਾਨ ਸਾਹਿਬ ਇਹ ਸਮਾਂ ਰਸੂਗਾ ਕਿਉਂਕਿ ਉਹ ਇਸ ਵੇਲੇ ਵਿਸ਼ਾਖਾਪਟਨਮ ਦੇ ਵਿੱਚ ਹੈ ਉਹ ਸਾਧਨਾ ਦੇ ਲਈ ਗਏ ਹੋਏ ਆ ਉਹ ਵਿਪਾਸਨਾ ਵਾਸਤੇ ਗਏ ਹੋਏ ਆ ਜਿਸ ਤਰੀਕੇ ਦੇ ਨਾਲ ਕੇਜਰੀਵਾਲ ਸਾਹਿਬ ਹੁਸ਼ਿਆਰਪੁਰ ਦੇ ਆਨੰਦਗੜ੍ਹ ਪਿੰਡ ਦੇ ਵਿੱਚ ਆ ਕੇ 9-10 ਦਿਨ ਰਹੇ ਆ ਸੋ ਉਸੇ ਤਰੀਕੇ ਦੇ ਨਾਲ ਭਗਵੰਤ ਮਾਨ ਹੋਰੀ ਨੇ ਜਿਹੜੇ ਉਹ ਇਸ ਵੇਲੇ ਵਿਸ਼ਾਖਾਪਟਨਮ ਦੇ ਵਿੱਚ ਹੈ ਅਗਲੀ ਗੱਲ ਇਹ ਆ ਕਿ ਉਹ ਜਦੋਂ ਹੁਣ ਆਗੇ ਮੁੜ ਕੇ ਤੇ ਉਸ ਤੋਂ ਬਾਅਦ ਰਾਜਪਾਲ ਦੀ ਇਸ ਚਿੱਠੀ ਦਾ ਉੱਤਰ ਕੀ ਦੇਣਗੇ ਸਮਾਂ ਦੱਸੂਗਾ ਤੇ ਕੀ ਆਉਂਦੇ ਸਮੇਂ ਦੇ ਵਿੱਚ ਅਮਨ अरोड़ा ਨੂੰ ਉੱਪਰਲੀ ਅਦਾਲਤ ਦੇ ਵੱਲੋਂ ਇਸ ਸਜ਼ਾ ਤੋਂ ਰਾਹਤ ਮਿਲੇਗੀ ਜਾਂ ਸਜ਼ਾ ਰੱਦ ਹੋਊਗੀ ਜਾਂ ਇਸ ਮਾਮਲੇ ਦੇ ਵਿੱਚ ਵਕਤੀ ਤੌਰ ਦੇ ਉੱਤੇ ਰੋਕ ਲੱਗ ਜਾਊਗੀ ਇਹ ਚਲੋ ਵਕਤ ਦੇ ਨਿਰਪਰ ਕਰਨਾ ਅਦਾਲਤ ਦੇ ਉੱਤੇ ਨਿਰਪਰ ਕਰਦੀ ਗੱਲ ਹੈ ਪਰ ਗੱਲ ਹੈ ਵੀ ਹਾਲ ਦੀ ਘੜੀ ਹਾਲ ਦੀ ਘੜੀ ਇਸ ਮਾਮਲੇ ਦੇ ਉੱਤੇ ਵਿਰੋਧੀਆਂ ਦੇ ਵੱਲੋਂ ਵੀ ਅਦਾਲਤ ਦੇ ਵਿੱਚੋਂ ਵੀ ਜਾਨਕਿ ਵਕੀਲ ਸਾਹਿਬ ਦੇ ਵੱਲੋਂ ਜਿਹੜੇ ਐਚਸੀ अरोड़ा ਨੇ ਸੀਨੀਅਰ ਵਕੀਲ ਨੇ ਹਾਈ ਕੋਰਟ ਦੇ ਉਹਨਾਂ ਦੇ ਵੱਲੋਂ ਤੇ ਰਾਜਪਾਲ ਦੇ ਵੱਲੋਂ ਲਿਖੀਆਂ ਗਈਆਂ ਚਿੱਠੀਆਂ ਨੇ ਲਗਾਤਾਰ ਪੰਜਾਬ ਦੀ ਸਰਕਾਰ ਦੇ ਉੱਤੇ ਦਬਾਅ ਬਣਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਵਿਵਾਦਾਂ ਦੇ ਵਿੱਚ ਆਏ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕੁਝ ਆਪਣੇ ਮੰਤਰੀ ਸਾਹਿਬ ਲਾਏ ਵੀ ਆ ਕਈਆਂ ਦੇ ਵਿਭਾਗਾਂ ਦੀ ਬਦਲੀ ਵੀ ਕੀਤੀ ਗਈ ਹੈ ਸੋ ਅਮਨ ਅਰੋੜਾ ਨੇ ਸੁਨਾਮ ਦੀ ਅਦਾਲਤ ਦੇ ਵਿੱਚੋਂ ਜਿਸ ਦਿਨ ਸਜ਼ਾ ਸੁਣਾਈ ਗਈ ਹੈ ਬਾਹਰ ਆਉਣ ਤੋਂ ਬਾਅਦ ਇਹ ਗੱਲ ਕਹੀ ਸੀ ਕਿ ਅਸੀਂ ਕਾਨੂੰਨ ਦਾ ਸਤਿਕਾਰ ਕਰਦੇ ਹਾਂ ਅਦਾਲਤੀ ਫੈਸਲੇ ਦਾ ਸਵਾਗਤ ਕਰਦੇ ਹਾਂ ਧੰਨਵਾਦ ਕਰਦੇ ਹਾਂ ਅਸੀਂ ਇਸ ਫੈਸਲੇ ਨੂੰ ਉਤਲੀ ਅਦਾਲਤ ਵਿੱਚ ਚੁਣੌਤੀ ਦੇਵਾਂਗੇ ਤੇ ਮੇਰੇ ਨਾਲ ਧੱਕਾ ਹੋਇਆ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੀ ਮਾਰਕਟ ਦੀ ਗੱਲ ਹੈ ਇਹ ਮਾਰਕਟ ਸਾਡੇ ਨਾਲ ਕੀਤੀ ਗਈ ਸੀ ਕਿ ਝੂਠਾ ਦਰਜ ਕੀਤਾ ਗਿਆ ਸੀ ਉਦੋਂ ਮੈਂ ਕਾਂਗਰਸ ਦੇ ਵਿੱਚ ਸੀ ਪਹਿਲਾਂ ਸਮਝੌਤਾ ਹੋ ਗਿਆ ਸੀ ਬਾਅਦ ਵਿੱਚ ਜਦੋਂ ਮੈਨੂੰ ਟਿਕਟ ਮਿਲੀ ਤੇ ਇਸ ਮਾਮਲੇ ਨੂੰ ਜਾਣਬੁੱਝ ਕੇ ਉਛਾਲ ਦਿੱਤਾ ਗਿਆ ਸੀ ਉਸੇ ਮਾਮਲੇ ਦੇ ਵਿੱਚ ਮੈਨੂੰ ਇਹ ਸਜ਼ਾ ਸੁਣਾਈ ਗਈ ਹੈ ਪਰ ਉੱਪਰਲੀ ਅਦਾਲਤ ਦੇ ਵਿੱਚ ਅਸੀਂ ਚੁਣੌਤੀ ਦੇਵਾਂਗੇ ਉਹ ਚੁਣੌਤੀ ਹਾਲੇ ਤੱਕ ਦਿੱਤੀ ਕਿ ਨਹੀਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਚੁਣੌਤੀ ਦਿੱਤੀ ਹੋਵੇ ਹਾਲੇ ਤੱਕ ਫੈਸਲਾ ਨਹੀਂ ਆਇਆ ਜਿਹਦੇ ਕਰਕੇ ਰਾਜਪਾਲ ਦੇ ਵੱਲੋਂ ਇਸ ਮਸਲੇ ਦੇ ਉੱਤੇ ਹੁਣ ਟਿੱਪਣੀ ਕੀਤੀ ਗਈ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਹਰ ਰੋਜ਼ ਕੁਝ ਲੋਕਾਂ ਜੀ ਇਹੋ ਜਿਹਾ ਹੁੰਦਾ ਵੀ ਕਦੇ-ਕਦੇ ਬੰਦਾ ਅਚੰਬਤ ਹੋ ਜਾਂਦਾ ਤੇ ਕਦੇ-ਕਦੇ ਕੇਂਦਰ ਦੀ ਰਾਜਨੀਤੀ ਜਾਂ ਦੇਸ਼ ਦੀ ਕੁੱਲ ਰਾਜਨੀਤੀ ਦੇ ਉੱਤੇ ਵੀ ਹੈਰਾਨੀ ਹੁੰਦੀ ਹੈ ਬਹੁਤ ਸਾਰੇ ਲੋਕ ਜਿੱਥੇ ਚਾਰ ਬੰਦੇ ਬੈਠਦੇ ਆ ਉਹ ਗੱਲਾਂ ਕਰਦੇ ਆ ਵੀ ਐਤਕੀ ਕੀ ਮੋਦੀ ਸਰਕਾਰ ਫੇਰ ਆਜੂ ਕੋਈ ਕਹਿੰਦਾ ਨਹੀਂ ਆਉਣੀ ਕੋਈ ਕਹਿੰਦਾ ਆਉਣੀ ਆ ਕੋਈ ਕਹਿੰਦਾ ਮੋਦੀ ਸਾਹਿਬ ਤੋਂ ਬਿਨਾ ਕੋਈ ਬਦਲ ਹੈ ਨਹੀਂ ਕੋਈ ਕਹਿੰਦਾ ਬਦਲ ਕਿਉਂ ਨਹੀਂ ਹੈਗਾ ਵਿਚਾਰ ਸਭ ਦੇ ਆਪੋ ਆਪਣੇ ਆ ਜਿਨੇ ਜਿਹਨੂੰ ਵੋਟ ਪਾਉਣੀ ਆ ਉਹਨੂੰ ਪੂਰਾ ਪੂਰਾ ਅਧਿਕਾਰ ਆ ਪਰ ਇੱਕ ਗੱਲ ਬਿਲਕੁਲ ਨਿਰਪੱਖਤਾ ਦੇ ਨਾਲ ਸੋਚਣੀ ਵਿਚਾਰਨੀ ਬਣਦੀ ਆ ਕਿ ਜੇਕਰ ਅੱਜ ਬੀਜੇਪੀ ਦਾ ਮੁਕਾਬਲਾ ਕਰਨਾ ਹੋਵੇ ਤਾਂ ਕਿਹੜੀ ਧਰ ਮੁਕਾਬਲਾ ਕਰਨ ਦੇ ਸਮਰੱਥ ਆ ਨਿਰਪੱਖਤਾ ਦੇ ਨਾਲ ਇਹ ਗੱਲ ਸੋਚਣੀ ਬਣਦੀ ਆ ਸਿਰਫ ਪੰਜਾਬ ਦੇ ਬਾਰੇ ਨਹੀਂ ਅਸੀਂ ਪੰਜਾਬ ਦੇ ਵਿੱਚ 13 ਸੀਟਾਂ ਦੇ ਉੱਤੇ ਫੈਸਲਾ ਕਰ ਸਕਦੇ ਆ ਪਰ ਪੂਰੇ ਦੇਸ਼ ਦਾ ਫੈਸਲਾ ਕਰਨ ਦੇ ਸਮਰੱਥ ਨਹੀਂ ਹੈਗੇ ਤੁਸੀਂ ਆਪਣੇ ਹਲਕੇ ਦਾ ਫੈਸਲਾ ਕਰ ਸਕਦੇ ਆ ਪਰ ਜ਼ਰੂਰੀ ਨਹੀਂ ਕਿ ਪੰਜਾਬ ਦੇ ਲੋਕ ਜਿਵੇਂ ਸੋਚਦੇ ਯੂਪੀ ਵਾਲੇ ਵੀ ਓਵੇਂ ਸੋਚਦੇ ਹੋਣ ਜ਼ਰੂਰੀ ਨਹੀਂ ਕਿ ਜਿਵੇਂ ਅਸੀਂ ਸੋਚਨੇ ਆ ਮਹਾਰਾਸ਼ਟਰ ਵਾਲੇ ਵੀ ਉਵੇਂ ਸੋਚਦੇ ਹੋਣ ਇਹ ਜ਼ਰੂਰੀ ਨਹੀਂ ਕਿ ਸਾਡੇ ਵਾਂਗੂ ਮੱਧ ਪ੍ਰਦੇਸ਼ ਦੇ ਲੋਕ ਵੀ ਉਵੇਂ ਸੋਚਦੇ ਹੋਣ ਜਾਂ ਆਂਧਰਾ ਪ੍ਰਦੇਸ਼ ਦੇ ਲੋਕ ਵੀ ਉਵੇਂ ਸੋਚਦੇ ਹੋਣ ਸੋ ਕੀ ਸੱਚੀ ਮੁੱਚੀ ਮੋਦੀ ਸਰਕਾਰ ਆਖਰੀ ਵਾਰ ਕੀ ਭਾਜਪੀ ਦੀ ਸਰਕਾਰ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਨਹੀਂ ਆਊਗੀ ਇਹ ਜਿੱਥੇ ਵੀ ਚਾਰ ਬੰਦੇ ਬੈਠਦੇ ਸੱਚੀ ਮੁੱਚੀ ਸਵਾਲ ਉੱਠਦਾ ਪਰ ਮੈਨੂੰ ਨਿੱਜੀ ਤੌਰ ਦੇ ਉੱਤੇ ਜੇਕਰ ਮੈਂ ਆਪਦੇ ਦਿਲ ਦੀ ਗੱਲ ਕਹਾਂ ਮੈਨੂੰ ਕੋਈ ਚੱਕਰ ਨਹੀਂ ਬੇਸ਼ੱਕ ਇੱਥੇ ਇੰਡੀਆ ਗੱਠਜੋੜ ਜਿਹੜਾ ਉਹ ਆਪਦਾ ਬੰਦਾ ਜਿਧਾਉਣ ਦੇ ਵਿੱਚ ਕਾਮਯਾਬ ਹੋ ਜੇ ਇੰਡੀਆ ਗੱਠਜੋੜ ਸਰਕਾਰ ਬਣਾ ਲਵੇ ਇਹ ਵੀ ਸੰਭਵ ਆ ਪਰ ਜੋ ਅੱਜ ਦੇ ਹਾਲਾਤ ਇੰਡੀਆ ਗੱਠਜੋੜ ਦੇ ਆ ਇਹ ਲੱਗਦਾ ਨਹੀਂ ਕਿ ਭਾਜਪਾ ਨੂੰ ਰੋਕਿਆ ਜਾ ਸਕਦਾ ਉਹਦਾ ਕਾਰਨ ਇਹ ਆ ਕਿ ਇੰਡੀਆ ਗੱਠਜੋੜ ਦੇ ਵਿੱਚ ਏਕਾਹੇ ਨਹੀਂ ਲੱਗੇ ਕੱਲ ਇੱਕ ਕਾਂਗਰਸੀ ਆਗੂ ਦੇ ਵੱਲੋਂ ਜਿਹੜਾ ਕਿ ਇੰਡੀਆ ਗੱਠਜੋੜ ਦੇ ਵਿੱਚ ਆ ਉਹਨੇ ਮਮਤਾ ਬੇਨਰਜੀ ਦੇ ਉੱਤੇ ਤਿੱਖੇ ਸ਼ਬਦ ਕवार ਕੀਤੇ ਆ ਕਿ ਮਮਤਾ ਬੇਨਰਜੀ ਤਾਂ ਮੋਦੀ ਦੀ ਇਸ ਵੇਲੇ ਚਾਪਲੂਸੀ ਕਰ ਰਹੀ ਆ ਜਦੋਂ ਤੁਸੀਂ ਇੱਕ ਗਠ ਜੋੜ ਦੇ ਵਿੱਚੋਂ ਤੁਸੀਂ ਇੱਕ ਪਲੇਟਫਾਰਮ ਤੋਂ ਤੇ ਫਿਰ ਵੀ ਇੱਕ ਦੂਜੇ ਦੇ ਖਿਲਾਫ ਅਵਾ ਤਵਾ ਬੋਲੀ ਜਾਂਦੇ ਆ ਤੇ ਤੁਹਾਡਾ ਤਾਂ ਪੰਦਾ ਪਹਿਲਾਂ ਹੀ ਲੱਗੀ ਜਾਂਦਾ ਵੀ ਭਾਈ ਤੁਸੀਂ ਮੁਕਾਬਲਾ ਬੀਜੇਪੀ ਦੇ ਨਾਲ ਕਿਹੋ ਜਿਹਾ ਕਰੋਗੇ ਜੇਕਰ ਬੀਜੇਪੀ ਦੇ ਨਾਲ ਮੁਕਾਬਲਾ ਕਰਨਾ ਹੈ ਸੱਤਾਧਾਰੀ ਧਰ ਦੇ ਨਾਲ ਕਿਸੇ ਨੇ ਵੀ ਮੁਕਾਬਲਾ ਕਰਨਾ ਹੈ ਤਾਂ ਉਹਦੇ ਲਈ ਜਿਹੜੀ ਜਿਹੜੀ ਕੁਆਲਿਫਿਕੇਸ਼ਨ ਜਿਹੜੀ ਜਿਹੜੀ ਯੋਗਤਾ ਜਿਹੜਾ ਜਿਹੜਾ ਅਨੁਸ਼ਾਸਨ ਜਿਹੜੀ ਜਿਹੜੀ ਏਕਤਾ ਚਾਹੀਦੀ ਹੈ ਉਹ ਤਾਂ ਇਸ ਵੇਲੇ ਇੱਕ ਪੈਸਾ ਨਜ਼ਰ ਨਹੀਂ ਆਉਂਦੀ ਖਖਣੀਆਂ ਕਰੇਲੇ ਹੁਣੀ ਸਰ ਕੇ ਸਿਆਸੀ ਪਾਰਟੀਆਂ ਹੋਈਆਂ ਫਿਰਦੀਆਂ ਹਾਲੇ ਟਿਕਟਾਂ ਦੀ ਵੰਡ ਦੇ ਮਾਮਲੇ ਤੇ ਲੜਾਈ ਝਗੜਾ ਹੋਣਾ ਫੇਰ ਕੌਣ ਪ੍ਰਧਾਨ ਮੰਤਰੀ ਬਣੂਗਾ ਇਸ ਜਿਹਰੇ ਤੇ ਲੜਾਈ ਹੋਣੀ ਆ ਫੇਰ ਹੋਰ ਵੱਖ-ਵੱਖ ਮੁੱਦੇ ਤੇ ਲੜਾਈ ਹੋਣੀ ਆ ਤੇ ਇਸ ਕਰਕੇ ਲੜਦੇ 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 ਆਖਰੀ ਲੜਾਈ ਤੱਕ ਹੰਬ ਇਨੇ ਜਾਂਦੇ ਆ ਵੀ ਆਪਦੇ ਬੰਦਿਆਂ ਨੂੰ ਹਰਾਉਣ ਦਾ سلسلہ ਸ਼ੁਰੂ ਕਰ ਦਿੰਦੇ ਆ ਪੱਛਮੀ ਬੰਗਾਲ ਦੇ ਵਿੱਚ ਹੁਣੇ ਤੋਂ ਤ੍ਰਿੰਦਮੂਲ ਕਾਂਗਰਸ ਤੇ ਕਾਂਗਰਸ ਦਰਮਿਆਨ ਸੀਟਾਂ ਦੀ ਵੰਡ ਦਾ ਰੇੜਕਾ ਚੱਲ ਪਿਆ ਪੰਜਾਬ ਦੇ ਵਿੱਚ ਹੁਣੇ ਤੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਦਰਮਿਆਨ ਰੇੜਕਾ ਚੱਲੀ ਜਾਂਦਾ ਕੇਰਲ ਦੇ ਵਿੱਚ ਵੀ ਕਹਿੰਦੇ ਰੇੜਕਾ ਇਹ ਵੱਧ ਸਕਦਾ ਤੇ ਭਾਈ ਫਿਰ ਰੇੜਕਾ ਮੁਕੂਗਾ ਕਿੱਥੇ ਤੇ ਆਪਾਂ ਜਿੱਤਾਂਗੇ ਕਿਵੇਂ ਸੋ ਪਹਿਲਾਂ ਤਾਂ ਇੰਡੀਆ ਗੱਠ ਜੋੜ ਨੂੰ ਏਕੇ ਦੇ ਵਿੱਚ ਆਉਣਾ ਪਊਗਾ ਆਪਦੀ ਤੇਰ ਮੇਰ ਬੰਦ ਕਰਨੀ ਪਊਗੀ ਕਿ ਅਸੀਂ ਬਹੁਤ ਫੰਨੇਖਾਂ ਜੇਕਰ ਤੁਸੀਂ ਫੰਨੇਖਾਂ ਹੋ ਤੁਸੀਂ ਆਪੋ ਆਪਣੇ ਖੇਤਰ ਦੇ ਵਿੱਚ ਆਪੋ ਆਪਣੇ ਹਲਕੇ ਦੇ ਵਿੱਚ ਜਾਂ ਆਪੋ ਆਪਣੇ ਸੂਬੇ ਦੇ ਵਿੱਚ ਫੰਨੇਖਾਂ ਹੋ ਸਕਦੇ ਆ ਤੁਸੀਂ ਪੂਰੇ ਭਾਰਤ ਦੇ ਵਿੱਚ ਨਹੀਂ ਇਹ ਗੱਲ 100 ਦੇ ਵਿੱਚੋਂ ਵੱਡੀ ਗਿਣਤੀ ਵਿੱਚ ਜਿਵੇਂ ਅੱਜ ਇਹ ਗੱਲ ਕਹਿ ਰਾਮੀ ਨੇ ਸਰਕਾਰ ਐਦੀ ਬਣ ਹੀ ਜਾਣੀ ਆ ਤਾਂ ਇਹ ਉਲਾਰਵਾਦੀ ਸੋਚ ਨਾ ਮੰਨੀ ਜਾਵੇ ਪਰ ਅੱਜ ਦੇ ਹਾਲਾਤ ਦੇ ਮੁਤਾਬਕ ਬੀਜੇਪੀ ਨੂੰ ਇੰਡੀਆ ਗੱਠ ਚੋੜ ਹਰਾਉਂਦਾ ਪ੍ਰਤੀਤ ਨਹੀਂ ਹੋ ਰਿਹਾ ਕੱਲ ਨੂੰ ਕੋਈ ਬਿਲਕੁਲ ਦ੍ਰਿਸ਼ੀ ਬਦਲ ਜੇ ਜਿਵੇਂ ਕਿ ਪੰਜਾਬ ਦੇ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਨਹੀਂ ਜਿਤਾਇਆ 2022 ਦੇ ਵਿੱਚ ਲੋਕਾਂ ਨੇ ਕਾਂਗਰਸ ਨੂੰ ਤੇ ਅਕਾਲੀ ਦਲ ਨੂੰ ਹਰਾਇਆ ਇਸ ਕਰਕੇ ਤੀਜੀ ਤਰ ਜਿੱਤੀ ਹੈ ਬੀਜੇਪੀ ਕੋਈ ਗਲਤੀ ਨਹੀਂ ਇਹ ਨਹੀਂ ਵੱਡੀ ਕਰਦੇਵੇ ਕਿ ਭਾਈ ਲੋਕ ਇਹ ਗੱਲ ਕਹਿਣ ਕਿ ਇੱਥੇ ਵੋਟ ਨਹੀਂ ਪਾਉਣੀ ਹੋਰ ਜਿੰਨੂੰ ਮਰਜ਼ੀ ਪਾ ਲਈਏ ਇਹ ਗੱਲ ਵੱਖਰੀ ਆ ਪਰ ਜੇ ਆਪਾਂ ਇੰਡੀਆ ਗੱਠ ਚੋੜ ਦੀ ਤਾਕਤ ਦੇਖੀਏ ਤਾਂ ਇਹ ਤਾਕਤ ਅਜਿਹੀ ਤਰੀਕੇ ਦੇ ਵਿੱਚ ਭਾਜਪੀ ਜਾਂ ਇੰਡੀਆ ਗੱਠਜੋੜ ਨੂੰ ਹਰਾਉਣ ਦੇ ਵਿੱਚ ਅਸਮਰੱਥ ਆ। ਇਹਨਾਂ ਨੂੰ ਪਹਿਲਾਂ ਐਨਲਿਸਸ ਕਰਨਾ ਪਊਗਾ। ਇੰਡੀਆ ਗੱਠਜੋੜ ਦੇ ਨੇਤਾਵਾਂ ਨੂੰ ਆਪਦੀ ਹੋਮੇ ਖਤਮ ਕਰਨੀ ਪਊਗੀ। ਆਪਦੀ ਹੈਂਕੜ त्याਗਣੀ ਪਊਗੀ ਤੇ ਫਿਰ ਮੁਕਾਬਲਾ ਕਰ ਸਕਦੇ ਆ। ਨਹੀਂ ਤਾਂ ਠਈਆ ਠੱਪਾ ਪਹਿਲਾਂ ਵੀ ਚੱਲਦਾ ਰਿਹਾ। ਠਈਆ ਠੱਪਾ ਇੰਡ ਦੇ ਉੱਤੇ ਵੀ ਹੁੰਦਾ ਰਹਿਣਾ ਤੇ ਜੇਕਰ ਆਪਣੇ ਪਿੱਢ ਪੱਲੇ ਕੁਝ ਨਾ ਪਿਆ ਤੇ ਫਿਰ ਨੇਤਾ ਪਤਾ ਕੀ ਕਹਿਣਗੇ। ਹੁਣ ਅਸੀਂ ਹਾਰ ਦੇ ਕਾਰਨਾਂ ਦੀ ਪੜਤਾਲ ਕਰਾਂਗੇ। ਅਸੀਂ ਹਾਰ ਦੇ ਕਾਰਨਾਂ ਦੀ ਮੰਥਨ ਕਰਨਾ। ਅਸੀਂ ਐਨਲਿਸਸ ਕਰਨਾ। ਇਹਦੇ ਲਈ ਮੀਟਿੰਗ ਫਲਾਣੀ ਤਾਂ ਰੱਖੀ ਐ ਇਹਦੇ ਲਈ ਮੀਟਿੰਗ ਫਲਾਣੀ ਤਾਂ ਰੱਖੀ ਐ ਅੱਜ ਹੀ ਐਨਾਲਿਸਿਸ ਕਰ ਲਓ ਅਸੀਂ ਨਹੀਂ ਕਹਿੰਦੇ ਵੋਟ ਫਲਾਣੇ ਨੂੰ ਪਾਓ ਵੋਟ ਫਲਾਣੇ ਨੂੰ ਪਾਓ ਪਰ ਜਿਹਨੇ ਵੀ ਜਿਹਦੇ ਨਾਲ ਮੁਕਾਬਲਾ ਕਰਨਾ ਉਹ ਪਹਿਲਾਂ ਤਾਂ ਆਪਣੇ ਖੇਤਰ ਦੇ ਵਿੱਚ ਆਪਣੇ ਸੂਬੇ ਦੇ ਵਿੱਚ ਮਜ਼ਬੂਤ ਹੋਵੇ ਤੇ ਫਿਰ ਹੌਮੇ ਤੇ ਅੱਗੇ ਤੇ ਫਿਰ ਏਕਤਾ ਦੇ ਨਾਲ ਮੁਕਾਬਲਾ ਕਰਨ ਦੇ ਸਮਰੱਥ ਹੋਵੇ ਗੱਲ ਤਾਂ ਬਣਦੀ ਐ ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ ਪਰ ਜੋ ਵਕਤ ਨਹੀਂ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਐ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ